ਜਿਨ੍ਹਾਂ ਗੋਲੀਆਂ ਨੇ ਮਾਰੀ ਚੰਦ ਕੌਰਾਂ ਉਹਨਾਂ ਤਾਂ ਹਜੂਰ ਚਾ ਸੱਦ ਆਈ ਸ਼ੇਰ ਸਿੰਘ ਨੇ ਬੁਕੇ ਨੂੰ ਹੁਕਮ ਕੀਤਾ ਉਹਨਾਂ ਕਿਲਿਓਂ ਬਾਹਰ ਚਾ ਕੱਢਿਆਈ ਰਾਜੇ ਸਿੰਘਾਂ ਦਾ ਗਿਲਾ ਮੇਟਾਵਣੇ ਨੂੰ ਨੱਕ ਕੰਨ ਚਾ ਉਹਨਾਂ ਦਾ ਵੱਢਿਆਈ ਸ਼ਾ ਮੁਹੰਮਦ ਆਲਾਹੇ ਕੇ ਸਭ ਜੀਵਰ ਕਾਲਾ ਮੂੰ ਕਰਕੇ ਫੇਰ ਛੱਡ ਆਈ ਬਰਸ ਹੋਇਆ ਜਾਂ ਹਾਜ਼ਰੀ ਲੈਣ ਬਦਲੇ ਡੇਰਾ ਸ਼ਾਹ ਬਿਰਾਵਲ ਆਉਂਦਾਈ ਅਜੀਤ ਸਿੰਘ ਗੁਜੇ ਕਰਾ ਬੀਨ ਲੈ ਕੇ ਸ਼ੇਰ ਸਿੰਘ ਨੂੰ ਆਣ ਦੇ ਖਾਮਦਾਈ ਸਿੱਧੀ ਜਦੋਂ ਸ਼ਹਿਜ਼ਾਦੇ ਨੇ ਨਜ਼ਰ ਕੀਤੀ ਜਲਦੀ ਨਾਲ ਚਾਕਲਾਦ ਆਵਾਂਦਾਈ ਸ਼ਾ ਮੁਹੰਮਦ ਆਜ਼ਮੀ ਤੇ ਪਿਆ ਤੜਫੇ ਤੇਗ ਮਾਰ ਕੇ ਸੀਸੋ ੜਾਮਦਾਈ ਲੈਣਾ ਸਿੰਘ ਜੋ ਬਾਗ ਦੀ ਤਰਫ ਆਇਆ ਅੱਗੇ ਕੌਰ ਜੋ ਹੋਮ ਕਰ ਆਮਦਾਈ ਲੈਣਾ ਸਿੰਘ ਦੀ ਮੰਦੀ ਜੋ ਨਜ਼ਰ ਦੇਖੀ ਅੱਗੋਂ ਵਾਸਤਾ ਰੱਬ ਦਾ ਪਾਮਦਾਈ ਮੈਂ ਤਾਂ ਕਰਾਂਗਾ ਬਾਬਾ ਜੀ ਟਹਿਲ ਤੇਰੀ ਹੱਥ ਜੋੜ ਕੇ ਅਸੀਸ ਨੇ ਵਾਮਦਾਈ ਸ਼ਾ ਮੁਹੰਮਦ ਆਯੋਸ ਨਾਲ ਇੱਕ ਮੰਨੀ ਤੇਗ ਮਾਰ ਕੇ ਸੀ ਸੋੜ ਆਮਦਾਈ ਸ਼ੇਰ ਸਿੰਘ ਪ੍ਰਤਾਪ ਸਿੰਘ ਮਾਰ ਕੇ ਜੀ ਸੰਧਾ ਵਾਲੀਏ ਸ਼ਹਿਰ ਨੂੰ ਉੱਠਤਾ ਏ ਰਾਜਾ ਮਿਲਿਆ ਤਾਂ ਕਿਹਾ ਜੀਤ ਸਿੰਘ ਨੇ ਸ਼ੇਰ ਸਿੰਘ ਨੂੰ ਮਾਰ ਕੇ ਅਸੀਂ ਆਏ ਜੱਲੀ ਲਾਏ ਕੇਤੇ ਕਿਲੇ ਵਿੱਚ ਆਂਦਾ ਕੈਸੇ ਅਕਲ ਦੇ ਉਹਨਾਂ ਨੇ ਪੇਚ ਪਾਏ ਕਿੱਥੇ ਮਾਰੇ ਸੀ ਰਾਜਾ ਜੀ ਚੰਦ ਕੌਰਾਂ ਸ਼ਾ ਮੁਹੰਮਦ ਆ ਪੁੱਛਣੇ ਉਹਨਾਂ ਚਾਹੇ ਗੁਰਮੁਖ ਸਿੰਘ ਗਿਆਨੀ ਨੇ ਮਤ ਦਿੱਤੀ ਤੁਸਾਂ ਇਹ ਕਿਉਂ ਜੀਵਨ ਦਾ ਛੱਡ ਆਈ ਮਗਰੋਂ ਮਹਿਰ ਕ ਸੀਤਾ ਪੀ ਭੋਲ ਆਈ ਅਗੋਂ ਸੁਖਨ ਸਰਾਈ ਨੇ ਕੱਢਾਈ ਇੱਕ ਅੜਦਲੀ ਨੇ ਕਰਾ ਬੀਨ ਮਾਰੀ ਰਸਾਇਆ ਸੋਮੈ ਦਾ ਵੱਢਾਈ ਸ਼ਾ ਮੁਹੰਮਦ ਆਜਮੀ ਤੇ ਪਿਆ ਤੜਫੇ ਦਲੀਪ ਸਿੰਘ ਤਾਈ ਫੇਰ ਸੱਧਾਈ ਪਹਿਲਾ ਰਾਜੇ ਦੇ ਖੂਨ ਦਾ ਲਾਇ ਟਿੱਕਾ ਪਿੱਛੋਂ ਦਿੱਤੀਆਂ ਸੱਤ ਪਰ ਦਖਣਾਈ ਤੇਰੇ ਵਾਸਤੇ ਹੋਇ ਨਹੀਂ ਸਭ ਕਾਰੇ ਅੱਗੇ ਸਹਬ ਸੱਚੇ ਤੈਨੂੰ ਰੱਖਣਾ ਈ ਸਾਨੂੰ ਘੜੀ ਦੀ ਕੁਝੋ ਮੈਦ ਨਹੀਂ ਅੱਜ ਰਾਤ ਪ੍ਰਸਾਦ ਕਿਨ ਚੱਖਣਾ ਈ ਤੇਰੀ ਵੱਲ ਜੋ ਕਰੇਗਾ ਨਜ਼ਰ ਮੈਲੀ ਸ਼ਾ ਮੁਹੰਮਦ ਆ ਕਰਾਂਗੇ ਸੱਖਣਾ ਈ ਹੀਰਾ ਸਿੰਘ ਨੂੰ ਰਾਜੇ ਦੀ ਖਬਰ ਹੋਈ ਸੂਬੇਦਾਰਾ ਨੂੰ ਸੱਦ ਕੇ ਤੁਰਤ ਝੜਿਆ ਧੰਸਾ ਮਾਰ ਕੇ ਪਹੁੰਚਾ ਲਾਹੌਰ ਜਲਦੀ ਗੁੱਸੇ ਨਾਲ ਸੀ ਸ਼ਹਿਰ ਦੇ ਵਿੱਚ ਵੜਿਆ ਰਾਜਪੂਤੋ ਡੋਗਰਾ ਖੂਬ ਚੰਗਾ ਸੰਧਾ ਵਾਲੀਆਂ ਦੇ ਨਾਲ ਖੂਬ ਲੜਿਆ ਸ਼ਾ ਮੁਹੰਮਦ ਆਜੀਤ ਸਿੰਘ ਮੋਆ ਲੱਦਾ ਲੈਣਾ ਸਿੰਘ ਜੋ ਜੀਮਦਾ ਏ ਫੜਿਆ ਦੋਹਾਂ ਸੰਗਾਂ ਤੋਂ ਬੋਦ ਸੂਰ ਮਤ ਹੋਈ ਖੰਡਾ ਵਿੱਚ ਦਰਬਾਰ ਵਜਾਏ ਗਏ ਧਿਆਨ ਸਿੰਘ ਨਾ ਕਿਸੇ ਨੂੰ ਵਦਨ ਦੇਂਦਾ ਸਾਰੇ ਮੁਰਕ ਦੀ ਕਲਾ ਮਿਟਾਏ ਗਏ ਰਾਜਾ ਕਰਦਾ ਸੀ ਮੁਰਕ ਦੀ ਬਾਦਸ਼ਾਹੀ ਪਿੱਛੇ ਰਹਿਨਿਆਂ ਨੂੰ ਵਕਤ ਪਾਏਗਾ ਏ ਸ਼ਾ ਮੁਹੰਮਦਾ ਮਾਰ ਕੇ ਮੋਏ ਦੋਵੇਂ ਚੰਗੇ ਸੂਰ ਮੇ ਹੱਥ ਦੇ ਖਾਏਗਾ ਏ ਦੁੱਲੇ ਪੱਟੀ ਨੂੰ ਗਾਮ ਦਾ ਜੱਗ ਸਾਰਾ ਜੈਮਲ ਫਤਿਹ ਦੀਆਂ ਵਾਰਾਂ ਸਾਰੀਆਂ ਨਹੀਂ ਮੀਰ ਦਾਲ ਚੋਹਾਨ ਦੇ ਸਤਰ ਅੰਦਰ ਮੋਹਣਾਂ ਰਾਣੀਆਂ ਖਾਏ ਕਰਟਾਰੀਆਂ ਨਹੀਂ ਸੰਧਾ ਵਾਲੀਆਂ ਜਹੀ ਨਾ ਕਿਸੇ ਕੀਤੀ ਤੇਗਾਂ ਵਿੱਚ ਦਰਬਾਰ ਦੇ ਮਾਰੀਆਂ ਨਹੀਂ ਸ਼ਾ ਮੁਹੰਮਦਾ ਮੋਈ ਨਹੀਂ ਬੀਰ ਮਣਕੇ ਜਾਨਾਂ ਕੀਤੀਆਂ ਨਹੀਂ ਪਿਆਰੀਆਂ ਨੇ ਪਿੱਛੋਂ ਆਣ ਕੇ ਸਭਨਾਂ ਨੂੰ ਫਿਕਰ ਹੋਇਆ ਸੋਚੀ ਪਏ ਨਹੀਂ ਸਭ ਸਰਦਾਰ ਮੀਆਂ ਅੱਗੇ ਰਾਜ ਆਇਆ ਹਥ ਬੁਰਸ਼ੀਆਂ ਦੇ ਪਈ ਖੜਕਦੀ ਨਿੱਤ ਤਲਵਾਰ ਮੀਆਂ ਗੱਦੀ ਵਾਲਿਆਂ ਨੂੰ ਨਹੀਂ ਬਹਿਣ ਦੇਂਦੇ ਹੋਰ ਕੌਣ ਕਿਸ ਦੇ ਪਾਣੀ ਹਾਰ ਮੀਆਂ ਸ਼ਾ ਮੁਹੰਮਦਾ ਹੋਈ ਹੁਣ ਮੌਤ ਸਸਤੀ ਖਾਲੀ ਨਹੀਂ ਜਾਣਾ ਕੋਈ ਵਾਰ ਮੀਆਂ